ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਨੌਵੀਂ ਜਮਾਤ ਸਵਾਗਤ ਜ਼ਿੰਦਗੀ ਪਾਠ ਨੰਬਰ 1 ਸਬੈ ਚੇਤਨਾ ਅਤੇ ਸਬੈ ਅਨੁਸ਼ਾਸਨ ਅੱਜ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਇਲਾਵਾ ਬੱਚਿਓ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਚੈਨਲ ਤੇ ਕਰਵਾਏ ਜਾ ਚੁੱਕੇ ਨੇ ਉਹਨਾਂ ਪ੍ਰਸ਼ਨਾਂ ਨੂੰ ਤੁਸੀਂ ਉਹਨਾਂ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਪਲੇਲਿਸਟ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਹੁਣ ਆਪਾਂ ਇਸ ਪਾਠ ਨੂੰ ਪੜ੍ਹਦੇ ਹਾਂ ਤੇ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਸਦੀਆਂ ਤੋਂ ਹੀ ਇਨਸਾਨ ਆਪਣੇ ਵਜੂਦ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕਦਾ ਰਿਹਾ ਹੈ ਇਨਸਾਨ ਇੱਕ ਸਮਾਜਿਕ ਪ੍ਰਾਣੀ ਹੈ ਦੂਜਿਆਂ ਨਾਲ ਸਹੀ ਤਰ੍ਹਾਂ ਤਾਲਮੇਲ ਬਿਠਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਣਾ ਜ਼ਰੂਰੀ ਹੈ ਇਨਸਾਨ ਜੋ ਕੁਝ ਨਜ਼ਰ ਆਉਂਦਾ ਹੈ ਅਸਲ ਵਿੱਚ ਕਈ ਗੁਣਾ ਜ਼ਿਆਦਾ ਛੁਪਿਆ ਹੁੰਦਾ ਹੈ ਸ਼ਖਸੀਅਤ ਦਾ ਜੋ ਹਿੱਸਾ ਨਜ਼ਰ ਆਉਂਦਾ ਹੈ ਉਸ ਤੋਂ ਕਿਤੇ ਵੱਧ ਅਚੇਤ ਮਨ ਵਿੱਚ ਛੁਪਿਆ ਹੁੰਦਾ ਹੈ ਸਵੈ ਚੇਤਨਾ ਦਾ ਸਹੀ ਮਕਸਦ ਆਪਣੇ ਆਪ ਨੂੰ ਸਹੀ ਪਛਾਣਨਾ ਹੀ ਹੁੰਦਾ ਹੈ ਮੈਂ ਕੌਣ ਹਾਂ ਪਿਆਰੇ ਬੱਚਿਓ ਕੀ ਤੁਸੀਂ ਕਦੇ ਸੋਚਿਆ ਹੈ ਕਿ ਨੰਬਰ 1 ਮੱਛੀ ਹਵਾ ਵਿੱਚ ਕਿਉਂ ਮੱਛੀ ਹਵਾ ਵਿੱਚ ਉੱਡ ਕਿਉਂ ਨਹੀਂ ਸਕਦੀ ਉੱਤਰ ਕਿਉਂਕਿ ਮੱਛੀ ਦੇ ਸਰੀਰ ਅਤੇ ਖੰਭਾਂ ਦੀ ਬਣਤਰ ਤੈਰਨ ਲਈ ਬਣੀ ਹੁੰਦੀ ਹੈ ਅਤੇ ਉਸਦੇ ਸਰੀਰ ਅਤੇ ਖੰਭਾਂ ਦੀ ਬਣਤਰ ੁੱਡਣ ਦੇ ਯੋਗ ਨਹੀਂ ਹੈ ਇਸ ਕਰਕੇ ਉਹ ਹਵਾ ਵਿੱਚ ਉੱਡ ਨਹੀਂ ਸਕਦੀ ਨੰਬਰ 2 ਸਾਰੇ ਜੀਵ ਜੰਤੂ ਦਰਖਤਾਂ ਉੱਤੇ ਕਿਉਂ ਨਹੀਂ ਚੜ ਸਕਦੇ ਪੁੱਤਰ ਕਿਉਂਕਿ ਹਰੇਕ ਕੋਲ ਆਪਣਾ ਆਪਣਾ ਕੁਦਰਤੀ ਗੁਣ ਹੈ ਇਸ ਕਰਕੇ ਸਾਰੇ ਜੀਵ ਨੇ ਜੋ ਦਰਖਤਾਂ ਉੱਪਰ ਨਹੀਂ ਚੜ ਸਕਦੇ ਕੋਈ ਪਾਣੀ ਵਿੱਚ ਤੈਰਦਾ ਹੈ ਕੋਈ ਦਰਖਤਾਂ ਉੱਤੇ ਚੜਦਾ ਹੈ ਠੀਕ ਹੈ ਕੋਈ ਉੱਚਾ ਨਹੀਂ ਉੱਡ ਸਕਦਾ ਇਸ ਤਰ੍ਹਾਂ ਦੇ ਅਲੱਗ-ਅਲੱਗ ਸਾਰੇ ਜੀਵਾਂ ਦੇ ਵਿੱਚ ਗੁਣ ਨੇ ਨੰਬਰ 3 ਇਸ ਤਰ੍ਹਾਂ ਸਚਿੰਤ ਤੇਂਦਰਕਰ ਇੱਕ ਕ੍ਰਿਕਟ ਖਿਡਾਰੀ ਨਾ ਹੋ ਕੇ ਇੱਕ ਪੇਂਟਰ ਬਜੋ ਮਸ਼ਹੂਰ ਕਿਉਂ ਨਹੀਂ ਹੋਇਆ ਉੱਤਰ ਕਿਉਂਕਿ ਉਸ ਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਇਸ ਕਰਕੇ ਉਹ ਕ੍ਰਿਕਟ ਖਿਡਾਰੀ ਦੇ ਵਜੋਂ ਹੀ ਮਸ਼ਹੂਰ ਹੋਇਆ। ਨੰਬਰ 4 ਲਤਾ ਮੰਗੇਸ਼ਕਰ ਗਾਇਕਾ ਬਨਣ ਦੀ بجائے ਲੇਖਕਾ ਕਿਉਂ ਨਹੀਂ ਬਣੀ? ਉੱਤਰ ਕਿਉਂਕਿ ਉਸ ਨੂੰ ਗੀਤ ਗਾਉਣਾ ਪਸੰਦ ਸੀ। ਇਨ੍ਹਾਂ ਸਾਰੇ ਸਵਾਲਾਂ ਦਾ ਸਿੱਧਾ ਅਤੇ ਸਪਸ਼ਟ ਜਵਾਬ ਇਹ ਹੀ ਹੈ ਕਿ ਹਰ ਕੋਈ ਆਪਣੇ ਕੁਦਰਤੀ ਗੁਣ ਅਤੇ ਕਿਰਤੀ ਨਾਲ ਪੈਦਾ ਹੋਇਆ ਹੈ। ਉਹਨਾਂ ਗੁਣਾਂ ਦਾ ਕਈ ਵਾਰ ਆਪ ਨੂੰ ਵੀ ਪਤਾ ਨਹੀਂ ਹੁੰਦਾ। ਲੋੜ ਹੈ ਆਪਣਾ ਆਪ ਖੋਜਣ ਦੀ। ਅਤੇ ਉਹਨਾਂ ਗੁਣਾਂ ਨੂੰ ਤਰਾਸ਼ ਕੇ ਆਪਣੇ ਰੋਜ਼ਾਨਾ ਜੀਵਨ ਵਿੱਚ ਉਹਨਾਂ ਦੀ ਸਰਵ ਸ੍ਰੇਸ਼ਟ ਢੰਗ ਨਾਲ ਵਰਤੋਂ ਕਰਨ ਦੀ ਹੁਣ ਦੱਸੋ ਜੇਕਰ ਆਪਣੇ ਆਪ ਬਾਰੇ ਦੱਸਣਾ ਹੋਵੇ ਤਾਂ ਤੁਸੀਂ ਕੀ ਕਹੋਗੇ ਨੰਬਰ 1 ਮੈਂ ਡੈਸ਼ ਹਾਂ ਇੱਕ ਚੰਗਾ ਇਨਸਾਨ ਮੇਰੇ ਘਰ ਸਾਰੇ ਮੇਰੇ ਤੋਂ ਡੈਸ਼ ਰਹਿੰਦੇ ਹਨ ਖੁਸ਼ ਨੰਬਰ 3 ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਮੈਂ ਡੈਸ਼ ਦੂਜਿਆਂ ਦੀ ਮਦਦ ਕਰਦਾ ਹਾਂ ਨੰਬਰ 4 ਜਿਸ ਗੱਲ ਦਾ ਮੈਨੂੰ ਹਮੇਸ਼ਾ ਡਰ ਰਹਿੰਦਾ ਹੈ ਉਹ ਹੈ ਕਿ ਕੋਈ ਮੇਰੇ ਤੋਂ ਬਿਨਾ ਗੱਲ ਤੋਂ ਬਿਨਾ ਮਤਲਬ ਤੋਂ ਨਿਰਾਸ਼ਨਾ ਹੋਵੇ। ਨੰਬਰ 5 ਤੁਸੀਂ ਉਹਨਾਂ ਲੋਕਾਂ ਨਾਲ ਕਿਵੇਂ ਬੇਸ਼ੌਂਦੇ ਹੋ ਜਿਨ੍ਹਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ? ਉੱਤਰ ਹੈਗੇ ਮੈਂ ਉਹਨਾਂ ਨਾਲ ਬਿਨਾ ਮਤਲਬ ਤੋਂ ਫालतੂ ਨਹੀਂ ਬੋਲਦਾ। ਕੀ ਸਾਰੇ ਲੋਕ ਤੁਹਾਡੇ ਤੋਂ ਹਮੇਸ਼ਾ ਖੁਸ਼ ਰਹਿੰਦੇ ਹਨ? ਕਿਉਂ? ਉੱਤਰ ਹਾਂ ਕਿਉਂਕਿ ਮੈਂ ਖੁਸ਼ ਮિજાਜ ਸੁਭਾਅ ਦਾ ਹਾਂ ਅਤੇ ਹਮੇਸ਼ਾ ਦੂਜਿਆਂ ਦੇ ਕੰਮ ਆਉਂਦਾ ਹਾਂ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਨਾਲ ਤੁਹਾਨੂੰ ਆਪਣੇ ਬਾਰੇ ਸੋਚਣ ਦਾ ਮੌਕਾ ਮਿਲਿਆ। ਹੁਣ ਅਸੀਂ ਆਪਣੇ ਬਾਰੇ ਕੁਝ ਹੁਣ ਤੁਸੀਂ ਆਪਣੇ ਬਾਰੇ ਕੁਝ ਬਾਤ ਲਿਖੋ ਜੋ ਸੋਚ ਕੇ ਤੁਸੀਂ ਬਹੁਤ ਖੁਸ਼ ਹੁੰਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਦੂਜੇ ਲੋਕਾਂ ਨੂੰ ਵੀ ਇਸ ਬਾਰੇ ਪਤਾ ਹੋਵੇ। ਬੱਚਿਓ ਤੁਸੀਂ ਆਪਣੇ ਬਾਰੇ ਜੋ ਵੀ ਬਾਤ ਲਿਖਣੇ ਨੇ ਆਪਣੀ ਪਸੰਦ ਨਾਲ ਲਿਖ ਸਕਦੇ ਹੋ ਇੱਥੇ ਅਸੀਂ ਕੁਝ ਬਾਤ ਲਿਖੇ ਨੇ ਇਹਨਾਂ ਦੀ ਮਦਦ ਨਾਲ ਤੁਸੀਂ ਬਾਤ ਬਣਾ ਸਕਦੇ ਹੋ ਪਹਿਲਾ ਹੈ ਕਿ ਮੈਂ ਇਮਾਨਦਾਰੀ ਨਾਲ ਜੀਵਨ ਬਤੀਤ ਕਰਨ ਵਾਲਾ ਇਨਸਾਨ ਹਾਂ ਨੰਬਰ 2 ਹੈ ਕਿ ਮੈਂ ਜੀ ਕਹੋ ਅਤੇ ਜੀ ਕਹਾਓ ਵਿੱਚ ਵਿਸ਼ਵਾਸ ਰੱਖਦਾ ਹਾਂ ਨੰਬਰ 3 ਮੈਂ ਆਪਣੇ ਅਧਿਆਪਕ ਮਾਤਾ ਪਿਤਾ ਅਤੇ ਹੋਰ ਵੱਡਿਆਂ ਦਾ ਆਦਰ ਕਰਦਾ ਹਾਂ ਇਥੇ ਵਿੱਚੋ ਵੱਡਿਆਂ ਲਿਖਿਆ ਜਾਏਗਾ ਠੀਕ ਹੈ ਇੱਥੇ ਹਾਂ ਹਾਂ ਦੇ ਉੱਤੇ ਬਿੰਦੀ ਲਿਖੀ ਜਾਏਗੀ ਠੀਕ ਹੈ ਇਥੇ ਵੱਡਿਆਂ ਦਾ ਆਦਰ ਕਰਦਾ ਹਾਂ ਆਪਣੀ ਪਹਿਚਾਨ ਬਣਾਉਣਾ ਪਿਆਰੇ ਬੱਚਿਓ ਪਿਛਲੇ ਹਫ਼ਤੇ ਤੁਸੀਂ ਆਪਣਾ ਕੋ ਖਿਆ ਤੇ ਦੇਖਿਆ ਹੈ ਕਿ ਤੁਹਾਡੇ ਸੁਭਾਅ ਤੇ ਸ਼ਖਸੀਅਤ ਨੂੰ ਦਰਸਾਉਂਦੇ ਕਿਹੜੇ ਕਿਹੜੇ ਪਹਿਲੂ ਹਨ ਜੋ ਤੁਸੀਂ ਦੂਜਿਆਂ ਸਾਹਮਣੇ ਵੀ ਲਿਆਏ ਹੁਣ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਦਿਓ ਜਦੋਂ ਕੋਈ ਮੇਰੀ ਆਲੋਚਨਾ ਕਰਦਾ ਹੈ ਤਾਂ ਉੱਤਰ ਮੈਨੂੰ ਚੰਗਾ ਲੱਗਦਾ ਹੈ ਕਿਉਂਕਿ ਉਹ ਮੇਰੇ ਅੰਦਰ ਦੀ ਮਾੜੀ ਮਾੜੀਆਂ ਆਤਾਂ ਨੂੰ ਦੂਰ ਕਰਨ ਵਿੱਚ ਸਹਾਇੀ ਹੁੰਦੇ ਹਨ। ਨੰਬਰ 2 ਜਮਾਤ ਵਿੱਚ ਦੂਜੇ ਵਿਦਿਆਰਥੀ ਦੀ ਵਧੀਆ ਕਾਰਜਕਾਰੀ ਦੇਖ ਕੇ ਉੱਤਰ ਹੈਗਾ ਮੈਨੂੰ ਖੁਸ਼ੀ ਹੁੰਦੀ ਹੈ ਅਤੇ ਮੈਂ ਉਹਨਾਂ ਤੋਂ ਨਵੀਆਂ ਚੀਜ਼ਾਂ ਸਿੱਖਦਾ ਹਾਂ। ਨੰਬਰ 3 ਜੋ ਚੀਜ਼ਾਂ ਮੈਂ ਬਦਲ ਨਹੀਂ ਸਕਦਾ ਜਾਂ ਸਕਦੀ ਹਾਂ ਉੱਤਰ ਉਹਨਾਂ ਬਾਰੇ ਮੈਂ ਜ਼ਿਆਦਾ ਨਹੀਂ ਸੋਚਦਾ। ਨੰਬਰ 4 ਮੈਂ ਆਪਣੇ ਜੀਵਨ ਦਾ ਟੀਚਾ ਮਿੱਥਿਆ ਹੋਇਆ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਮੈਂ ਸਮਾਸਾਰਨੀ ਬਣਾ ਕੇ ਮਿਹਨਤ ਕਰਦਾ ਹਾਂ ਅਤੇ ਨਿਰੰਤਰ ਅਭਿਆਸ ਵੀ ਕਰਦਾ ਹਾਂ ਜਦੋਂ ਮੇਰਾ ਕੋਈ ਗਲਤ ਕੰਮ ਹੋ ਜਾਵੇ ਤਾਂ ਉਤਰ ਜਦੋਂ ਮੇਰਾ ਕੋਈ ਕੰਮ ਗਲਤ ਹੋ ਜਾਵੇ ਤਾਂ ਕੰਮ ਗਲਤ ਹੋ ਜਾਵੇ ਤਾਂ ਮੈਂ ਕਮਰਾ ਹੁੰਦਾ ਨਹੀਂ ਸਗੋ ਸ਼ਾਂਤ ਚਿੱਤ ਹੋ ਕੇ ਅਤੇ ਆਪਣੇ ਤੋਂ ਵੱਡਿਆਂ ਦੀ ਸਲਾਹ ਨਾਲ ਕੰਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਿਆਰੇ ਬੱਚਿਓ ਤੁਸੀਂ ਸਮਝ ਹੀ ਗਏ ਹੋਮੋਗੇ ਕਿ ਇਨਸਾਨ ਦੀ ਸ਼ਖਸੀਅਤ ਵਿੱਚ ਜਿੱਥੇ ਗੁਣ ਸ਼ਾਮਲ ਹਨ ਉਥੇ ਨਾਲ ਕਮੀਆਂ ਵੀ ਹੁੰਦੀਆਂ ਹਨ ਕਿਸੇ ਵੀ ਵਿਅਕਤੀ ਦੀ ਸਹੀ ਪਛਾਣ ਉਦੋਂ ਬਣਦੀ ਹੈ ਜਦੋਂ ਉਹ ਆਪਣੀਆਂ ਕਮੀਆਂ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਵੇ ਅਤੇ ਦੂਜਿਆਂ ਨਾਲ ਈਰਖਾ ਭਾਵਨਾ ਦੀ ਬਜਾਏ ਸਹਿਯੋਗ ਦੀ ਭਾਵਨਾ ਨਾਲ ਸਿੱਖਣ ਲਈ ਹਮੇਸ਼ਾ ਤਿਆਰ ਰਹੇ ਇਥੇ ਵਿੱਚ ਰਹੇ ਲਿਖਾਂਗੇ ਠੀਕ ਹੈ ਰਹੇ ਪਰ ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਸਵੈ ਅਨੁਸ਼ਾਸਨ ਅਗਲੇ ਹਫ਼ਤੇ ਅਸੀਂ ਆਪਣੇ ਆਪ ਨੂੰ ਸਵੈ ਅਨੁਸ਼ਾਸਨ ਵਿੱਚ ਰੱਖਣ ਬਾਰੇ ਪੜਾਂਗੇ ਸਮੇਂ ਦੀ ਪਾਬੰਦੀ ਪਿਆਰੇ ਬੱਚਿਓ ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਸਮਾਂ ਕੁਦਰਤ ਦੀ ਹਰੇਕ ਗਤੀਵਿਧੀ ਇੱਕ ਨਿਸ਼ਚਿਤ ਚੱਕਰ ਇਸ ਇੱਕ ਨਿਸ਼ਚਿਤ ਸਮੇਂ ਚੱਕਰ ਵਿੱਚ ਚੱਲਦੀ ਹੈ ਇੱਕ ਨਿਸ਼ਚਿਤ ਅੰਤਰਾਲ ਉੱਤੇ ਸੂਰਜ ਦਾ ਚੜ੍ਹਨਾ ਅਤੇ ਡੁੱਬਣਾ ਰੁੱਤਾਂ ਦਾ ਬਦਲਣਾ ਆਦ ਇੰਜ ਜਾਪਦਾ ਹੈ ਜਿਵੇਂ ਪ੍ਰਕਿਰਤੀ ਵੀ ਅਨੁਸ਼ਾਸਨਬੱਧ ਤਰੀਕੇ ਨਾਲ ਚੱਲ ਰਹੀ ਹੋਵੇ ਜਰਾ ਸੋਚੋ ਅਨੁਸ਼ਾਸਨ ਸਾਡੇ ਲਈ ਵੀ ਕਿੰਨਾ ਜ਼ਰੂਰੀ ਹੈ ਤੁਸੀਂ ਇਹ ਛੋਟੀ ਜਿਹੀ ਘਟਨਾ ਬਾਰੇ ਪੜੋ ਮਨਿੰਦਰ ਤੇ ਰਮਨ ਦੇ ਬਹੁਤ ਹੀ ਮਨਿੰਦਰ ਤੇ ਰਮਨ ਦੋ ਬਹੁਤ ਹੀ ਵਧੀਆ ਮਿੱਤਰ ਹਨ ਮਨਿੰਦਰ ਹਰ ਕੰਮ ਸਮੇਂ ਸਿਰ ਪੂਰਾ ਕਰਦਾ ਹੈ ਜਦੋਂ ਕਿ ਰਮਨ ਦਾ ਕਿਸੇ ਵੀ ਕੰਮ ਨੂੰ ਕਰਨ ਦਾ ਕੋਈ ਪੱਕਾ ਸਮਾਂ ਨਹੀਂ ਹੈ ਇਸ ਲਈ ਰਮਨ ਅਕਸਰ ਸਕੂਲ ਲੇਟ ਹੋ ਜਾਂਦਾ ਹੈ ਮਨਿੰਦਰ ਨੇ ਉਸ ਨੂੰ ਬਹੁਤ ਵਾਰ ਸਮਝਾਉਣਾ ਚਾਹਿਆ ਪਰ ਰਮਨ ਹਮੇਸ਼ਾ ਹੱਸ ਕੇ ਟਾਲ ਦਿੰਦਾ ਇੱਕ ਵਾਰ ਸਕੂਲ ਦਾ ਟੂਰ ਜਾਣਾ ਸੀ ਜਿਸ ਕਰਕੇ ਸਾਰੇ ਵਿਦਿਆਰਥੀ ਬਹੁਤ ਖੁਸ਼ ਸਨ ਪਰ ਆਪਣੀ ਆਦਤ ਬਸ ਰਮਨ ਸਮੇਂ ਸਿਰ ਆਪਣੀ ਤਿਆਰੀ ਨਹੀਂ ਕਰ ਪਾਇਆ ਇਸ ਲਈ ਉਹ ਸਮੇਂ ਤੇ ਨਾ ਪਹੁੰਚ ਸਕਣ ਕਾਰਨ ਟੂਰ ਜਾਂਦੀ ਜਾਣ ਤੋਂ ਬੰਜਾ ਰਹਿ ਗਿਆ ਜੇਕਰ ਤੁਸੀਂ ਰਮਨ ਜਾਂ ਮਨਿੰਦਰ ਦੀ ਜਗ੍ਹਾ ਤੇ ਹੋ ਕੇ ਸੋਚੋ ਰਮਨ ਰਮਨ ਕੀ ਕਰਦਾ ਹੈ ਬੱਚਿਓ ਰਮਨ ਸਕੂਲ ਲਈ ਲੇਟ ਕਰਦਾ ਸੀ ਠੀਕ ਹੈ ਤੇ ਕੀ ਨਹੀਂ ਕਰਦਾ ਸੀ ਕਿਸੇ ਵੀ ਕੰਮ ਨੂੰ ਸਮੇਂ ਸਿਰ ਨਹੀਂ ਕਰਦਾ ਸੀ ਤੇ ਮਨਿੰਦਰ ਕੀ ਸੀ ਬੱਚਿਓ ਮਨਿੰਦਰ ਕੀ ਕਰਦਾ ਹੈ ਹਰ ਕੰਮ ਨੂੰ ਸਮੇਂ ਸਿਰ ਪੂਰਾ ਕਰਦਾ ਹੈ ਤੇ ਕੀ ਨਹੀਂ ਕਰਦਾ ਕਿਸੇ ਵੀ ਕੰਮ ਨੂੰ ਲੇਟ ਨਹੀਂ ਕਰਦਾ ਸੀ ਬੱਚਿਓ ਤੁਹਾਨੂੰ ਸਮੇਂ ਦੇ ਮਹੱਤਵ ਦਾ ਤਾਂ ਪਤਾ ਹੀ ਹੈ ਜੇਕਰ ਇੱਕ ਵਾਰੀ ਸਮਾਂ ਲੰਘ ਜਾਵੇ ਤਾਂ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਹੱਥ ਨਹੀਂ ਆਉਂਦਾ ਕਈ ਵਾਰ ਅਸੀਂ ਫਾਲਤੂ ਦੇ ਕੰਮਾਂ ਵਿੱਚ ਆਪਣਾ ਕੀਮਤੀ ਸਮਾਂ ਗਵਾ ਲੈਂਦੇ ਹਾਂ ਸੋਚੋ ਕਦੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੈ ਕਿ ਤੁਸੀਂ ਸੋਚਿਆ ਹੋਵੇ ਕਿ ਅਜੇ ਤਾਂ ਪ੍ਰੀਖਿਆ ਵਿੱਚ ਬਹੁਤਾ ਸਮਾਂ ਹੈ ਮੈਂ ਫਿਰ ਪੜ੍ਹਨਾ ਸ਼ੁਰੂ ਕਰਾਂਗਾ ਜਾਂ ਕਰਾਂਗੀ ਕਰਾਂਗਾ ਜਾਂ ਕਰਾਂਗੀ ਪਰ ਬਾਅਦ ਵਿੱਚ ਦੇਖਿਆ ਹੋਵੇ ਕਿ ਸਿਲੇਬਸ ਤਾਂ ਬਹੁਤ ਸੀ ਕਾਸ਼ ਮੈਂ ਪਹਿਲਾਂ ਤਿਆਰੀ ਕੀਤੀ ਹੁੰਦੀ ਤਾਂ ਮੈਂ ਹੋਰ ਵਧੀਆ ਅੰਕ ਪ੍ਰਾਪਤ ਕਰ ਲੈਣੇ ਸੀ ਨਾਲ ਹੀ ਤੁਸੀਂ ਆਪਣੇ ਆਪ ਨਾਲ ਪ੍ਰਣ ਕੀਤਾ ਹੋਵੇ ਕਿ ਮੈ ਅੱਗੇ ਤੋਂ ਸਮੇਂ ਰੰਦੇ ਪ੍ਰੀਖਿਆ ਦੀ ਤਿਆਰੀ ਕਰ ਲੈਣੀ ਹੈ। ਪਿਆਰੇ ਬੱਚਿਓ ਜਦੋਂ ਵੀ ਸਮਾਂ ਪ੍ਰਬੰਧਨ ਦੀ ਗੱਲ ਹੋਵੇ ਤਾਂ ਇਹ ਸਾਰੇ ਪਹਿਲੂ ਧਿਆਨ ਵਿੱਚ ਰੱਖਣੇ ਹੁੰਦੇ ਹਨ। ਤੁਸੀਂ ਧਿਆਨ ਦਿੱਤਾ ਹੈ ਕਿ ਧਿਆਨ ਕੇਂਦਰਿਤ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਦਿਖਾਇਆ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਕੰਮ ਵਿੱਚ ਧਿਆਨ ਕੇਂਦਰਿਤ ਨਹੀਂ ਕਰਦੇ ਅਸੀਂ ਆਪਣਾ ਕੀਮਤੀ ਸਮਾਂ ਫालतू ਕੰਮਾਂ ਵਿੱਚ ਗਵਾ ਦੇਵਾਂਗੇ। ਜ਼ਿੰਮੇਵਾਰੀ ਦੀ ਭਾਵਨਾ प्यारे बच्चों जਵੇਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਸਾਰੇ ਸਮਾਜ ਰੂਪੀ ਮਾਲਾ ਦੇ ਮਣਕੇ ਹਾਂ ਜਿਗਾ ਇੱਕ ਵੀ ਮਣਕਾ ਸਹੀ ਨਹੀਂ ਤਾਂ ਮਾਲਾ ਦਾ ਰੂਪ ਹੀ ਬਦਲ ਜਾਵੇਗਾ ਹਰ ਵਿਅਕਤੀ ਆਪਣੇ ਢੰਗ ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਜ਼ਿੰਮੇਵਾਰੀ ਦੀ ਭਾਵਨਾ ਦੀ ਸਮਝ ਦਾ ਵਿਕਾਸ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਬਚਪਨ ਦਾ ਸਮਾਂ ਸਾਰੇ ਗੁਣਾਂ ਦੀ ਨੀਂਹ ਉਸਾਰਨ ਦਾ ਹੁੰਦਾ ਹੈ ਅਸੀਂ ਜਾਣਦੇ ਹਾਂ ਕਿ ਦੂਜਿਆਂ ਪ੍ਰਤੀ ਸਾਡੀਆਂ ਬਹੁਤ ਜ਼ਿੰਮੇਵਾਰੀਆਂ ਹਨ ਜੋ ਅਸੀਂ ਤਾਂ ਹੀ ਨਿਵਾ ਸਕਦੇ ਹਾਂ ਜੇਕਰ ਸਾਡੀ ਆਪਣੀ ਸ਼ਖਸੀਅਤ ਦਾ ਸਾਰੇ ਪਹਿਲੂਆਂ ਦਾ ਸਹੀ ਵਿਕਾਸ ਹੋਵੇ ਦੂਜਿਆਂ ਤੋਂ ਪਹਿਲਾਂ ਅਸੀਂ ਆਪਣੇ ਪ੍ਰਤੀ ਵੀ ਕਈ ਫਰਜ਼ ਪੂਰੇ ਕਰਨੇ ਹਨ ਤਾਂ ਜੋ ਸਾਡਾ ਸਰੀਰਕ ਭਾਵਨਾਤਮਕ ਅਤੇ ਸਮਾਜਿਕ ਵਿਕਾਸ ਸਹੀ ਹੋਵੇ ਕੀ ਤੁਸੀਂ ਸਹੀ ਸਰੀਰਕ ਭਾਵਨਾਤਮਕ ਅਤੇ ਸਮਾਜਿਕ ਵਿਕਾਸ ਤੋਂ ਕੀ ਸਮਝਦੇ ਹੋ ਉੱਤਰ ਹੈਗਾ ਪਾਵ ਸਰੀਰਕ ਤੌਰ ਤੇ ਰਿਸਟ ਪੁਸਟ ਜਾਂ ਤਕੜਾ ਹੋਣਾ ਚਾਹੀਦਾ ਹੈ ਸਾਡੀਆਂ ਭਾਵਨਾਵਾਂ ਤੇ ਸਾਡਾ ਪੂਰਾ ਕੰਟਰੋਲ ਹੋਣਾ ਚਾਹੀਦਾ ਹੈ ਅਤੇ ਅਸੀਂ ਆਪਣੇ ਸਮਾਜ ਭਾਵ ਆਪਣੇ ਆਲੇ ਦੁਆਲੇ ਮੌਜੂਦ ਲੋਕਾਂ ਨਾਲ ਮਿਲ ਜੁਲ ਕੇ ਰਹਿਣ ਜੋਗ ਹੋਣੇ ਚਾਹੀਦੇ ਹਾਂ ਆਪਣੇ ਪ੍ਰਤੀ ਜ਼ਿੰਮੇਵਾਰੀ ਸਹੀ ਸਰੀਰਕ ਵਿਕਾਸ ਲਈ ਤੁਸੀਂ ਕੀ ਕਰੋਗੇ ਉੱਤਰ ਸੰਤੁਲਿਤ ਭੋਜਨ ਖਾਵਾਂਗੇ ਯੋਗਾ ਕਸਰਤ ਕਰਾਂਗੇ ਅਤੇ ਸ਼ੈਰ ਕਰਾਂਗੇ ਸਹੀ ਭਾਵਨਾਤਮਕ ਵਿਕਾਸ ਲਈ ਤੁਸੀਂ ਕੀ ਕਰੋਗੇ ਉੱਤਰ ਹੈਗਾ ਆਪਣੀਆਂ ਭਾਵਨਾ ਲੋੜ ਮੁਤਾਬਕ ਪੇਸ਼ ਕਰਾਂਗੇ ਘੱਟ ਬੋਲਾਂਗੇ ਅਤੇ ਜ਼ਿਆਦਾ ਸੁਣਾਂਗੇ ਸਹੀ ਸਮਾਜਿਕ ਵਿਕਾਸ ਲਈ ਤੁਸੀਂ ਕੀ ਕਰੋਗੇ ਉਤਰ ਹੈਗਾ ਨੈਤਿਕ ਨਿਯਮਾਂ ਦਾ ਪਾਲਣ ਕਰਾਂਗੇ ਅਨੁਸ਼ਾਸਨ ਵਿੱਚ ਰਹਾਂਗੇ ਖੁਸ਼ਮિજાਜ ਬਣਾਂਗੇ ਅਤੇ ਸਕਾਰਾਤਮਕ ਸਕਾਰਾਤਮਕ ਸੋਚ ਰੱਖਾਂਗੇ ਵਿਅਕਤੀ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਆਉਂਦਾ ਹੈ ਪਰਿਵਾਰ ਜਹੀ ਸੰਸਥਾ ਹੈ ਜੋ ਸਾਡੇ ਹਰ ਸੁੱਖ ਦੁੱਖ ਵੇਲੇ ਸਾਡੇ ਨਾਲ ਹੁੰਦਾ ਹੈ ਸਾਡੀਆਂ ਪਰਿਵਾਰ ਵਿੱਚ ਰਹਿੰਦੇ ਹੋਏ ਕਈ ਜ਼ਿੰਮੇਵਾਰੀਆਂ ਹੋ ਜਾਂਦੀਆਂ ਹਨ ਆਓ ਦੇਖੀਏ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀ ਕੀ ਹੈ ਉੱਤਰ ਹੈ ਕਿ ਹਰ ਸੁੱਖ-ਦੁੱਖ ਵਿੱਚ ਪਰਿਵਾਰਕ ਮੈਂਬਰਾਂ ਨਾਲ ਰਹਿਣਾ ਬਜ਼ੁਰਗਾਂ ਦੀ ਸੇਵਾ ਕਰਨਾ ਆਪਣੇ ਮਾਤਾ-ਪਿਤਾ ਦੇ ਕੰਮਾਂ ਵਿੱਚ ਹੱਥ ਵਟਾਉਣਾ ਨੰਬਰ 2 ਅਸੀਂ ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੇ ਹਾਂ ਉੱਤਰ ਮੈਂ ਆਪਣੇ ਮਾਤਾ-ਪਿਤਾ ਦੇ ਕੰਮਾਂ ਵਿੱਚ ਮਦਦ ਕਰਦਾ ਹਾਂ, ਆਪਣੇ ਮਾਤਾ-ਪਿਤਾ ਦੀ ਸੇਵਾ ਕਰਦਾ ਹਾਂ, ਆਪਣੇ ਆਪਣੇ ਤੋਂ ਛੋਟੇ ਭੈਣ ਭਰਾ ਦੀ ਪੜ੍ਹਾਈ ਵਿੱਚ ਮਦਦ ਕਰਦਾ ਹਾਂ। ਸਕੂਲ ਪ੍ਰਤੀ ਜ਼ਿੰਮੇਵਾਰੀ। ਸਕੂਲ ਸਾਡਾ ਵਿਦਿਆ ਮੰਦਰ ਹੈ ਬੱਚਿਓ, ਤੁਹਾਡਾ ਪਵਿੱਖ ਸੰਭਾਰਨ ਵਿੱਚ ਸਭ ਤੋਂ ਵੱਧ ਯੋਗਦਾਨ ਸਾਡੇ ਤੁਹਾਡੇ ਸਕੂਲ ਦਾ ਹੀ ਹੈ। ਕੀ ਤੁਸੀਂ ਜਾਣਦੇ ਹੋ ਕਿ ਸਕੂਲ ਦੇ ਪ੍ਰਤੀ ਤੁਹਾਡੀ ਕੀ ਜ਼ਿੰਮੇਵਾਰੀ ਹੈ? ਉੱਤਰ ਸਾਨੂੰ ਸਕੂਲ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਫालतੂ ਦੀਆਂ ਜਗ ਰਹੀਆਂ ਲਾਈਟਾਂ ਤੇ ਪੱਖੇ ਬੰਦ ਕਰਨੇ ਚਾਹੀਦੇ ਹਨ ਅਧਿਆਪਕਾਂ ਦਾ ਆਦਰ ਤੇ ਸਤਿਕਾਰ ਕਰਨਾ ਚਾਹੀਦਾ ਹੈ ਤੇ ਹੋਰ ਵੀ ਬਹੁਤ ਸਾਰੇ ਫਰਜ਼ ਨਿਭਾਉਣੇ ਚਾਹੀਦੇ ਹਨ ਸਾਬਾਸ਼ੇ ਹੁਣ ਤੁਸੀਂ ਹੁਣ ਦੱਸੋ ਕਿ ਤੁਸੀਂ ਆਪਣੇ ਸਕੂਲ ਪ੍ਰਤੀ ਜ਼ਿੰਮੇਵਾਰੀ ਕਿਵੇਂ ਨਿਭਾਓਗੇ ਉੱਤਰ ਸਕੂਲ ਵਿੱਚ ਗੰਦਗੀ ਨਹੀਂ ਫੈਲਾਉਣੀ ਚਾਹੀਦੀ ਸਕੂਲ ਦੀ ਸੰਪਤੀ ਦੀ ਪਨ ਤੋੜਪੰਨ ਨਹੀਂ ਕਰਾਂਗੇ ਪਾਣੀ ਦੀ ਫਜ਼ੂਲ ਵਰਤੋਂ ਨੂੰ ਰੋਕਾਂਗੇ ਆਪਣੀ ਜਮਾਤ ਦੇ ਕਮਰੇ ਦੀ ਸਫਾਈ ਕਰਾਂਗੇ ਸਕੂਲ ਵਿੱਚ ਪੜ੍ਹਾਈ ਦਾ ਮਾਹੌਲ ਬਣਾਉਣ ਵਿੱਚ ਸਹਿਯੋਗ ਦੇਵਾਂਗੇ ਸਮਾਜ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਹੁਣ ਤੁਸੀਂ ਦੱਸੋ ਕਿ ਸਮਾਜ ਅਤੇ ਦੇਸ਼ ਪ੍ਰਤੀ ਤੁਹਾਡੀ ਸਾਡੀ ਕੀ ਜ਼ਿੰਮੇਵਾਰੀ ਹੈ ਉਤਰ ਮੈਂ ਸਮਾਜ ਅਤੇ ਦੇਸ਼ ਦਾ ਇੱਕ ਅੰਗ ਹਾਂ ਇਸ ਲਈ ਮੈਂ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਝੂਠੀਆਂ ਅਤੇ ਫਾਲਤੂ ਦੀਆਂ ਅਫਵਾਹਾਂ ਤੋਂ ਬਚ ਕੇ ਰਹਾਂਗਾ ਮੈਂ ਆਪਣੇ ਸੱਭਿਆਚਾਰ ਅਤੇ ਉਸ ਦੀ ਸ਼ਾਨ ਨੂੰ ਵਧਾਉਣ ਸ਼ਾਨ ਨੂੰ ਬਚਾਉਣ ਵਿੱਚ ਆਪਣਾ ਸਹਿਯੋਗ ਦੇਵਾਂਗਾ ਹੁਣ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਹਾਂ ਜਾਂ ਨਾ ਵਿੱਚ ਨੰਬਰ 1 ਜਦੋਂ ਘਰ ਦਾ ਕੋਈ ਮੈਂਬਰ ਬਿਮਾਰ ਹੋਵੇ ਤਾਂ ਮੈਂ ਦੇਖਭਾਲ ਕਰਦਾ ਹਾਂ ਜਾਂ ਕਰਦੀ ਹਾਂ ਇਹ ਹੈਗਾ ਵਿੱਚੋਂ ਸਹੀ ਹਾਂ ਨੰਬਰ 2 ਜਦੋਂ ਮੈਂ ਘਰ ਵਿੱਚ ਆਪਣੀ ਮੰਮੀ ਦਾ ਕੰਮ ਵਿੱਚ ਹੱਥ ਵੰਡਾਉਂਦਾ ਜਾਂ ਬਣਾਉਂਦੀ ਹਾਂ ਸਹੀ ਸਕੂਲ ਵਿੱਚ ਅਧਿਆਪਕ ਜੀ ਦੇ ਨਾ ਆਉਣ ਤੇ ਵੀ ਮੈਂ ਅਨੁਸ਼ਾਸਨ ਕਾਇਮ ਰੱਖਦਾ ਹਾਂ ਜਾਂ ਰੱਖਦੀ ਹਾਂ ਅਤੇ ਸਕੂਲ ਦੀ ਸੁੰਦਰਤਾ ਵਿੱਚ ਯੋਗਦਾਨ ਪਾਉਂਦਾ ਪਾਉਂਦੀ ਹਾਂ ਸਹੀ ਆਂਡ ਕਮਾਂਡ ਦਾ ਧਿਆਨ ਰੱਖਦੇ ਹੋਏ ਸੰਗੀਤ ਸੁਣਦੇ ਸਮੇਂ ਸਪੀਕਰ ਹੌਲੀ ਰੱਖਦਾ ਜਾਂ ਰੱਖਦੀ ਹਾਂ ਸਹੀ ਨੰਬਰ 5 ਮੈਂ ਆਪਣੇ ਛੋਟੇ ਭਰਾ ਭੈਣ ਦੀ ਸਕੂਲ ਦੇ ਕੰਮ ਵਿੱਚ ਮਦਦ ਕਰਦਾ ਕਰਦੀ ਹਾਂ ਸਹੀ ਇਸ ਤਰ੍ਹਾਂ ਬੱਚਿਓ ਇਹ ਪਾਠ ਹੜੇ ਪੂਰਾ ਹੋ ਗਏ ਇਸ ਤੋਂ ਅਗਲੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ ਤੇ ਉਹ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਹਾਨੂੰ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਮਿਲ ਜਾਣਗੇ ਤੇ 9ਵੀਂ ਕਲਾਸ ਦੇ ਹੋਰ ਸਬਜੈਕਟ ਵੀ ਇਸ ਚੈਨਲ ਤੇ ਕਰਵਾਏ ਹੋਏ ਨੇ ਤੁਸੀਂ ਉਹਨਾਂ ਦੇ ਪ੍ਰਸ਼ਨ ਉੱਤਰ ਵੀ ਆਪਣੀਆਂ ਕਾਪੀਆਂ ਉੱਪਰ ਨੋਟ ਕਰ ਸਕਦੇ ਹੋ ਧੰਨਵਾਦ